ਸੱਚੀ ਗੱਲ ਤੁਸੀਂ ਵਖਰੇਓ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਾਂ ਮੋਹਿਤ ਰੁਬਲ ਤੇ ਮੈਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਹੈ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਜੀ ਮੁੱਦਾ ਵਖਰੇ ਵਖਰੇ ਮੁੱਦਿਆਂ ਦੇ ਉੱਤੇ ਅਸੀਂ ਕਰਦੇ ਹਾਂ ਗੱਲਬਾਤ 26 ਜਨਵਰੀ ਇੱਕ ਅਹਿਮ ਦਿਨ ਸੀ ਸਾਡੇ ਸਾਰਿਆਂ ਲਈ ਸਾਨੂੰ ਲੱਗਦਾ ਸੀ ਕਿ ਉਹ ਦਿਨ ਹੈ ਜਿਸ ਦਿਨ ਅਸੀਂ ਜਿੱਤ ਲਵਾਂਗੇ ਪਰ ਕੁਝ ਸ਼ਰਾਰਤੀ ਅੰਸਰ ਕਹਿ ਲੋ ਕਿ ਜਾਂ ਫਿਰ ਇਹ ਕਹਿ ਲੋ ਕਿ ਪਹਿਲਾਂ ਤੋਂ ਜਥੇਬੰਦ ਅੰਸਰਾਂ ਨੇ ਇਹਦੇ ਵਿੱਚ ਰੰਗ ਚ ਭੰਗ ਪਾ ਦਿੱਤਾ ਮੋਜੀ ਰਾਗ ਚ ਭੰਗ ਤੇ ਪਿਆਈ ਆ ਪਰ ਉਸ ਤੋਂ ਬਾਅਦ ਕਿਸਾਨੀ ਜਥੇਬੰਦੀਆਂ ਜੜੀਆਂ ਨੇ ਉਹ ਬੜੀਆਂ ਸੁਰਖਰੂ ਨੇ ਹਮ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਸ ਤੋਂ ਬਾਅਦ ਲੱਗਦਾ ਸੀ ਵੀ ਉਹ ਕਹਿੰਦੇ ਨੇ ਵੀ ਜੋ ਹੋ ਗਿਆ ਠੀਕ ਹੋਇਆ ਜੋ ਸਾਹਮਣੇ ਆ ਗਿਆ ਜਿਹੜਾ ਪਿੱਛੇ ਲੁਕਿਆ ਹੋਇਆ ਸੀ ਸਾਹਮਣੇ ਆ ਗਿਆ ਇਹਨੂੰ ਕਿਦਾ ਦੇਖਦੇ ਹੋ ਤੁਸੀਂ ਜੀ ਖੈਰ ਸਾ ਸਤੋਂ ਪਹਿਲਾਂ ਤਾਂ ਪਹਿਲੇ ਦਿਨ ਤੋਂ ਕਲੀਅਰ ਸੀਗਾ ਕਿ ਜਿਹੜੀਆਂ 40 ਕਿਸਾਨ ਜਥੇਬੰਦੀਆਂ ਨੇ ਉਹ ਅਲੱਗ-ਅਲੱਗ ਪਾਰਟੀ ਨੂੰ ਬਿਲੋਂਗ ਕਰਦੀਆਂ ਨੇ ਅਲੱਗ-ਅਲੱਗ ਸੋਚ ਉਹਨਾਂ ਦੀ ਉਹ ਪਹਿਲੇ ਦਿਨ ਤੋਂ ਆਪਣੀ ਜਿਹੜੀ ਸੋਚ ਉਹਨਾਂ ਦੀ ਵੱਖ-ਵੱਖ ਸੀਗੀ ਉਹ ਇੱਕੋ ਕੰਡੀਸ਼ਨ ਦੇ ਤਹਿਤ ਇੱਕ ਇੱਕ ਮੈਂ ਕਹਿੰਦਾ ਇੱਕ ਪਲੈਟਫਾਰਮ ਤੇ ਹਟਾਈ ਸੀਗੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਬੜਿਆ ਕਿ ਹਾਂ ਵੀ ਇਹ ਸਾਡਾ ਇੱਕੋ ਟੀਚਾ ਰਹੇਗਾ ਕਿ ਅਸੀਂ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨਾ ਇਸਲਾਵਾ ਅਲੱਗ-ਅਲੱਗ ਉਹਨਾਂ ਨੇ ਪਹਿਲਾਂ ਪਲਾਨ ਕਰਦੇ ਰਹੇ ਜਿਵੇਂ ਪੰਜਾਬ ਦੀ ਗੱਲ ਕਰੀਏ ਜਿੱਥੋਂ ਪੰਜਾਬ ਦੇ ਵਿੱਚ ਜਿੱਥੋਂ ਅੰ ਤਾ ਇੱਕ ਕਿਸਾਨ ਜਥੇਬੰਦੀ ਨੇ ਕਹਿਤਾ ਕਿ ਹਾਂ ਵੀ ਅਸੀਂ ਤਾਂ ਪਹਿਲਾਂ ਟ੍ਰੇਨਾਂ ਰੋਕਾਂਗੇ ਜਰੂਰ ਬਾਕੀ ਨੇ ਮਨਾ ਕਰ ਦਿੱਤਾ ਪਰ ਉਹ ਫੇਰ ਵੀ ਚੱਲਦਾ ਰਿਹਾ ਟ੍ਰੇਨ ਰੋਕੋ ਅੰਦੋਲਨ ਉਹਨਾਂ ਦਾ ਰੈਗੂਲਰ ਰੈਨ ਹਲੇ ਵੀ ਉਹ ਚੀਜ਼ ਚੱਲ ਰਹੀ ਹੈ ਸੋ ਕਹਿਣ ਦਾ ਮਤਲਬ ਕਿ ਪਹਿਲੇ ਦਿਨ ਤੋਂ ਹੀ ਉਹਨਾਂ ਦੇ ਵਿੱਚ ਜਿਹੜੇ ਡਿਫਰੈਂਸਸ ਨੇ ਉਹ ਪਹਿਲਾਂ ਤੋਂ ਵੀ ਸੀ ਹੁਣ ਵੀ ਨੇ ਤੇ ਇਸ ਇਸ ਪੂਰੇ ਅੰਦੋਲਨ ਦੇ ਦਰਮਿਆਨ ਜਿਹੜੇ ਦਿੱਲੀ ਵਿੱਚ ਬੈਠੇ ਬਰੂਹਾਂ ਦੇ ਉੱਤੇ ਉੱਥੇ ਵੀ ਕਾਫੀ ਇਹਨਾਂ ਦੇ ਵਿਚਾਰ ਵਡਾੰਦਰੇ ਵਿੱਚ ਜਿਹੜਾ ਫਰਕ ਹੈ ਉਹ ਸਾਨੂੰ ਦੇਖਣ ਨੂੰ ਮਿਲਦਾ ਰਹਿੰਦਾ ਸੀਗਾ ਹਰ ਵਾਰ ਜਦੋਂ ਵੀ ਮੀਟਿੰਗ ਹੁੰਦੀ ਸੀਗੀ 40 ਤੇ 40 ਕਿਸਾਨ ਜਿੱਥੇ ਬੰਦੀਆਂ ਤਾਈਓ ਜਾਂਦੀ ਸੀਗੀ ਕਿ ਹਾਂ ਵੀ ਸਾਰਿਆਂ ਨੂੰ ਬਰਾਬਰ ਉੱਥੇ ਬਿਠਾਇਆ ਜਾਵੇ ਹਰ ਇੱਕ ਦਾ ਸਲਾਮ ਮਸ਼ਰਾ ਕੀਤਾ ਜਾਵੇ ਤੇ ਫਿਰ ਇੱਕ ਫੈਸਲਾ ਜਿਹੜਾ ਹੈ ਉਹ ਲਿਆ ਜਾਵੇ ਹਰ ਇੱਕ ਦੀ ਸਰਵਸਮਤੀ ਦੇ ਨਾਲ ਪਿੱਛੇ ਜੀ ਜਦੋਂ ਕੇਂਦਰ ਸਰਕਾਰ ਨੇ ਪਹਿਲਾ ਪਹਿਲੀ ਗੱਲ ਤੱਕ ਕਾਫੀ ਦੇਰ ਕੋਸ਼ਿਸ਼ ਕੀਤੀ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਅਸੀਂ ਡਿਫਰੈਂਸ ਪੈਦਾ ਕਰੀਏ ਇਹਨਾਂ ਨੂੰ ਤਾਰ ਪਿੱਡੋ ਕਰੀਏ ਇਹਨਾਂ ਨੂੰ ਵੱਖ-ਵੱਖ ਕਰੀਏ ਇਹਨਾਂ ਦੀ ਏਕਤਾ ਨੂੰ ਭੰਨੀ ਹੈ ਪਾਵੇਂ ਉਹਨਾਂ ਨੇ ਵਕ ਵਗ ਗੱਲਾਂ ਕੀਤੀਆਂ ਹੋਣ ਕਿ ਹਾਂ ਵੀ ਅਸੀਂ ਆ ਕਰ ਦਵਾਂਗੇ ਅਸੀਂ ਉਹ ਕਰ ਦਵਾਂਗੇ ਅਖੀਰ ਉਹਨਾਂ ਨੇ ਜਿਹੜਾ ਪੈਂਤਰਾ ਖੇលਿਆ ਕਿ ਅਸੀਂ ਡੇਢ ਸਾਲ ਦੇ ਲਈ ਤਿੰਨੋਂ ਖੇਤੀ ਕਾਨੂੰਨਾਂ ਨੂੰ ਅਸੀਂ ਮੁਅਤਲ ਕਰ ਦਨੇ ਆ ਜਿਸ ਤੋਂ ਬਾਅਦ 15 ਕ ਕਿਸਾਨ ਜਥੇਬੰਦੀਆਂ ਮੰਨ ਗੀਆਂ ਕਿ ਚਲੋ ਆਹ ਚੀਜ਼ ਚੰਗੀ ਹੋਈ ਆ ਅਸੀਂ ਵਾਪਸ ਮੁੜ ਜੰਦੇ ਆ ਤੇ 17 18 ਜਿਹੜੇ ਜਥੇਬੰਦੀਆਂ ਸੀ ਉਹਨਾਂ ਨੇ ਕਿਹਾ ਕਿ ਨਹੀਂ ਜੋ ਅਸੀਂ ਪਲਾਨ ਕਰਕੇ ਆਏ ਆ ਜਾਂ ਅਸੀਂ ਉਹਦੇ ਤਹਿਤ ਹੀ ਰਵਾਂਗੇ ਉਸ ਤੋਂ ਬਾਅਦ 26 ਜਨਵਰੀ ਦਾ ਪਲਾਨ ਲਿਖਿਆ ਗਿਆ ਤੇ ਉਹਦੇ ਵਿੱਚ ਵੀ ਜਦੋਂ ਗੱਲਬਾਤ ਹੋਈ ਕਿ ਹਾਂ ਵੀ ਸਿ ਕਿਹੜੇ ਕਿਹੜੇ ਮੈਪ ਉੱਪਰ ਜਾਵਾਂਗੇ ਕਿਦਾਂ ਉਹਦੇ ਵਿੱਚ ਵੀ ਕਾਫੀ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਡਿਫਰੈਂਸ ਵੇਖਿਆ ਗਿਆ ਉਹਨਾਂ ਦੇ ਫਰਕ ਦੇਖਿਆ ਗਿਆ ਉਹਨਾਂ ਨੇ ਜਿੱਦ ਕੀਤੀ ਕਿ ਅਸੀਂ ਆਊਟਰ ਰਿੰਗ ਉੱਤੇ ਹੀ ਕਰਾਂਗੇ ਜਦਕਿ ਜਿਹੜੇ ਮੇਨ ਆਗੂ ਸੀਗੇ ਉਹਨਾਂ ਨੇ ਦਿੱਲੀ ਪੁਲਿਸ ਨਾਲ ਸਮਝੌਤਾ ਕਰ ਲਿਆ ਕਿ ਹਾਂ ਵੀ ਜੋ ਤੁਸੀਂ ਕਹੋਗੇ ਜੋ ਸਾਰਿਆਂ ਦੀ ਸੇਫਟੀ ਹੋਏਗੀ ਅਸੀਂ ਉਸ ਮੈਪ ਮੈਪ ਤੇ ਉੱਤੇ ਹੀ ਕੰਮ ਕਰਾਂਗੇ ਪਰ ਕੁਝ ਕਿਸਾਨ ਜਥੇਬੰਦੀਆਂ ਕੁਝ ਸ਼ਰਾਰਤੀ ਅੰਸ਼ਰ ਅਸੀਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਉਸ ਮੈਪ ਨੂੰ ਫੋਲੋ ਨਹੀਂ ਕੀਤਾ ਤੇ ਆਪਣਾ ਰੋਸ ਦਿਖਾਉਣ ਦੇ ਇੱਕ ਅਲੱਗ ਤਰੀਕਾ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਜਿਸ ਦੀ ਨਖੇਦੀ ਵੀ ਹਰ ਵੱਲੋਂ ਕੀਤੀ ਜਾ ਰਹੀ ਹੈ ਪਰ ਮੈਂ ਕਹਿਣਾ ਚਾਹਾਂਗਾ ਖੈਰਾ ਸਾਹਿਬ ਕਿ ਸਿਰਫ ਉਹ ਚੀਜ਼ ਨੂੰ ਅਸੀਂ ਜਾਰਾ ਪੁਆਇੰਟ ਆਊਟ ਕਰਕੇ ਦੇਖ ਰਹੇ ਹਾਂ ਲੱਖਾਂ ਕਿਸਾਨ ਕਿਉਂਕਿ 2 ਤੋਂ 3 ਲੱਖ ਟਰੈਕਟਰਾਂ ਦੀ ਉਮੀਦ ਜਤਾਈ ਜਾ ਰਹੀ ਹੈ ਕਿ ਉਸ ਦਿਨ ਇੰਨੇ ਕ ਟਰੈਕਟਰ ਦਿੱਲੀ ਦੀਆਂ ਸੜਕਾਂ ਉੱਤੇ ਉਤਰੇ ਤੇ ਉਹਨਾਂ ਦੇ ਨਾਲ 5 ਲੱਖ ਲੋਕ ਹੋਰ ਸੀਗਾ ਸੋ ਉਹਨਾਂ ਵਿੱਚੋਂ 30 40 ਹਜ਼ਾਰ ਜਿਹੜੇ ਜਿਹੜੇ ਉਧਰੋਂ ਵੱਖ ਹੋ ਕੇ ਉਹਨਾਂ ਨੇ ਵੱਖਰੀ ਆਪਣੀ ਇੱਕ ਗੁੱਸਾ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਏ ਤੇ ਅਸੀਂ ਉਹਨਾਂ ਨੂੰ ਜ਼ਿਆਦਾ ਲਾਈਮਲਾਈਟ ਵਿੱਚ ਲਿਆ ਦਿੱਤਾ ਉਹਨਾਂ ਬਾਰੇ ਜ਼ਿਆਦਾ ਖੁੱਲ੍ਹ ਕੇ ਚਰਚਾਵਾਂ ਹੋ ਰਹੀਆਂ ਨੇ ਪਰ ਜਿਹੜੇ ਲੱਖਾਂ ਲੋਕ ਜੋ ਕਿ ਪਹਿਲੇ ਦਿਨ ਤੋਂ ਬੜੀ ਸ਼ਾਂਤਮਈ ਢੰਗ ਦੇ ਨਾਲ ਪੂਰਾ ਅਪਰੇਡ ਦਾ ਹਿੱਸਾ ਬਣੇ ਰਹੇ ਪੂਰਾ ਅੰਦੋਲਨ ਦਾ ਹਿੱਸਾ ਬਣੇ ਰਹੇ ਬੜੇ ਫਕਰਨਾ ਕਰਦੇ ਰਹੇ ਨੇ ਉਹਨਾਂ ਦੇ ਵੀ ਪੂਰੇ ਕੈਰੇਕਟਰ ਦੇ ਉੱਪਰ ਉਹਨਾਂ ਦੇ ਨਾਮ ਉੱਤੇ ਵੀ ਇੱਕ ਉਹਨਾਂ ਨੇ ਜਿਹੜਾ ਕਾਲਖ ਲਗਾ ਦਿੱਤੀ ਏ ਜਿਹੜਾ ਉਹਨਾਂ ਦੇ ਮੜ ਦਿੱਤਾ ਕਿ ਹਾਂ ਵੀ ਇਹ ਸਾਰੇ ਅੰਤਗਵਾਦੀ ਨੇ ਜਾਂ ਸ ਉਹ ਚੀਜ਼ ਮਾਰੀ ਹੋਈ ਏ ਸੋ ਪਰ ਚਲੋ ਜਿਹੜੀ ਚੀਜ਼ ਹੋਈ ਏ ਹੋਈ ਏ ਚਲੋ ਸਾਨੂੰ ਪਤਾ ਲੱਗ ਗਿਆ ਕਿੰਨੇ ਕਿਉਂ ਕਿਵੇਂ ਕੀਤਾ ਹੁਣ ਅਸੀਂ ਉਸ ਚੀਜ਼ ਨੂੰ ਥੋੜਾ ਅੱਗੇ ਵੱਧ ਕੇ ਦੇਖੀਏ ਕਿ ਹਜੇ ਜੰਗ ਖਤਮ ਨਹੀਂ ਹੋਈ ਬਸ ਜਿਹੜਾ ਸ਼ਾਂਤੀਪੁਰੋਂ ਚੱਲ ਰਿਹਾ ਸੀਗਾ ਇੱਕ ਵਿਚਾਰ ਆਪਾਂ ਕੈਸੇ ਲੱਗ ਬੈਰੀਅਰ ਤੇ ਆਇਆ ਵਾ ਅਸੀਂ ਹੁਣ ਲੰਘ ਗਏ ਉਸ ਬੈਰੀਅਰ ਦੇ ਉੱਤੇ ਸਾਨੂੰ ਪਤਾ ਲੱਗੂਗਾ ਕਿ ਸਾਡੇ ਨਾਲ ਕੌਣ ਜਿਹੜਾ ਹੈ ਉਹ ਚੰਗਾ ਬੰਦਾ ਹੈ ਤੇ ਕਿਹੜਾ ਮਾੜਾ ਬੰਦਾ ਹੈ ਜਿਵੇਂ ਕਿ ਕਿਸਾਨ ਜਥੇਬੰਦੀਆਂ ਨੇ ਦੋ ਤਿੰਨ ਨਾਮ ਜਿਹੜੇ ਨੇ ਮੋਰੇ ਲਏ ਨੇ ਇੱਕ ਦੀਪ ਸਿੱਧੂ ਉਹਨਾਂ ਦਾ ਲਿਆ ਵਾ ਇੱਕ ਪੰਦੇਰ ਉਹਨਾਂ ਦਾ ਲਿਆ ਵਾ ਇੱਕ ਪੰਨੂ ਸਾਹਿਬ ਉਹਨਾਂ ਦਾ ਲਿਆ ਵਾ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਹਾਂ ਵੀ ਤੁਸੀਂ ਤੁਹਾਡੇ ਕਰਕੇ ਤੁਹਾਡੇ ਭੜਕਾਓ ਭਾਸ਼ਣਾਂ ਦੇ ਕਰਕੇ ਜਿਹੜੇ ਕਾਫੀ ਸਾਰੇ ਨੌਜਵਾਨ ਨੇ ਤੁਹਾਡੇ ਪਿੱਛੇ ਲੱਗ ਕੇ ਉਹ ਦਿੱਲੀ ਦੇ ਉੱਤੇ ਰੈੱਡ ਫੋਰਟ ਤੇ ਦੀ ਗੈਮੋਗੈਮੀ ਵੀ ਹੋਈ ਏ ਉਹ ਸਾਰੀ ਘਟਨਾ ਦੀ ਉਹ ਵੀ ਆਲੋਚਨਾ ਕਰਦੇ ਨੇ ਪਰ ਇਹ ਵੀ ਕਹਿੰਦੇ ਨੇ ਕਿ ਸਾਨੂੰ ਜਿਵੇਂ ਤੁਸੀਂ ਕਹਿਖਿਆ ਸਰ ਸਾਹਿਬ ਕਿ ਉਹਨਾਂ ਨੂੰ ਪਤਾ ਚੱਲ ਗਿਆ ਕਿ ਕੌਣ ਕਿਸ ਸੁਭਾ ਦਾ ਏ ਵਾਕਈ ਪਹਿਲਾਂ ਜਦੋਂ ਅਸੀਂ ਸਿੰਘੂ ਬਾਰਡਰ ਦੀ ਗੱਲ ਕਰਦੇ ਸੀ ਤੇ ਸਾਡੇ ਕੋਲੇ ਤਿੰਨ ਨਾਂ ਬੜੇ ਮਸ਼ਹੂਰ ਸੀਗੇ ਉਹ ਸੀ ਹਰਜੀਤ ਗਰੇਵਾਲ ਸੁਰਜੀਤ ਕੁਮਾਰ ਜਿਆਣੀ ਤੇ ਕੰਗਣਾ ਰਣਾਉ ਤੇ ਚੌਥਾ ਨਾਂ ਹੁੰਦਾ ਸੀ ਕਿਤੇ ਨਾ ਕਿਤੇ ਮੋਦੀ ਸਾਹਿਬ ਜਿਨ੍ਹਾਂ ਨੂੰ ਅਕਸਰ ਜਿਹੜਾ ਹੈ ਇੱਕ ਚੰਗੇ ਤਰੀਕੇ ਦੇ ਨਾਲ ਉਹਨਾਂ ਦਾ ਅਦਬ ਸਤਿਕਾਰ ਉੱਤੇ ਲਗਾਤਾਰ ਹੁੰਦਾ ਸੀਗਾ ਹੁਣ ਸਮਾਂ ਬਦਲ ਗਿਆ ਸਮੇਂ ਦੇ ਨਾਲ ਤਿੰਨ ਨਾਂ ਹੋਰ ਜੜੇ ਨੇ ਉਹ ਸਾਹਮਣੇ ਆ ਗਏ ਨੇ ਜਿਵੇਂ ਮੋਹਿਜੀ ਨੇ ਗੱਲ ਕੀਤੀ ਆ ਕਿ ਸਭ ਤੋਂ ਪਹਿਲਾ ਨਾਮ ਜਿਹੜਾ ਆਉਂਦਾ ਆ ਸਤਨਾਮ ਸਿੰਘ ਹੁਣਾਂ ਦਾ ਆਉਂਦਾ ਹੈ ਸਤਨਾਮ ਸਿੰਘ ਪੰਨੂ ਜਿਹੜੇ ਨੇ ਉਹਨਾਂ ਦਾ ਨਾਮ ਆਉਂਦਾ ਹੈ ਫਿਰ ਉਸ ਤੋਂ ਬਾਅਦ ਸਰਵਣ ਸਿੰਘ ਪੰਦੇਰ ਹੁਣਾਂ ਦਾ ਨਾਮ ਆਉਂਦਾ ਹੈ ਫਿਰ ਤੀਸਰੇ ਨਾਮ ਜਿਹੜਾ ਤੀਸਰਾ ਸਭ ਤੋਂ ਪਹਿਲਾ ਜਿਹੜਾ ਨਾਮ ਹੋਣਾ ਚਾਹੀਦਾ ਸੀਗਾ ਉਹ ਹੈ ਦੀਪ ਸਿੱਧੂ ਇਹ ਪੂਰੀ ਸ਼ਰਾਰਤ ਜਿਹੜੀ ਹੈ ਇਹਨਾਂ ਤਿੰਨਾਂ ਲੋਕਾਂ ਦੇ ਹੀ ਜਥੀਬੰਦੀ ਸੀਗੀ ਪਰ ਗੱਲ ਇਹ ਹੈ ਕੀ ਕਿਤੇ ਨਾ ਕਿਤੇ ਤੁਸੀਂ ਦੇਖੋ ਕਿ ਸਰਕਾਰਾਂ ਵੀ ਇਹਦੇ ਨਾਲ ਜੁੜੀਆਂ ਹੋਈਆਂ ਨੇ ਰਾਜਾੜ ਨੇ ਸਟੇਜ ਤੋਂ ਖੜੇ ਹੋ ਕੇ ਗੱਲ ਕੀਤੀ ਜਿਹੜਾ ਕਿ ਅਸੀਂ ਗੱਲ ਕੱਲ ਦੀ ਗੱਲ ਕਰਦੇ ਆ ਤੇ ਕੱਲ ਜਿਹੜਾ ਓਹ ਦਾ ਤਿਉ ਮੋਰਚਾ ਲਗਾ ਰਿਹਾ ਔਰ ਸਟੇਜ ਤੋਂ ਬੜੇ ਗਰਮਾ ਗਰਮ ਗਹਿਮਾ ਗਹਿਮੀ ਵਾਲੇ ਭਾਸ਼ਣ ਸੁਣਨ ਨੂੰ ਮਿਲੇ ਰਾਜਾੜ ਹੁਣਾਂ ਦੀ ਇੱਕ ਗੱਲ ਸੀ ਮੋਹਿਜੀ ਜਿਹੜੀ ਆਪਾਂ ਕੱਲ ਵੀ ਕੀਤੀ ਸੀ ਕਿ ਉਹ ਕਹਿੰਦੇ ਕਿ ਜਦੋਂ ਬੀ ਬੋਇਆ ਜਾਂਦਾ ਹੈ ਬੀ ਇਸ ਲਈ ਬੋਇਆ ਜਾਂਦਾ ਹੈ ਕਿ ਕੱਲ ਉੱਪਰ ਉੱਠ ਕੇ ਆ ਜਵੇ ਸਾਨੂੰ ਪਤਾ ਲੱਗ ਜਵੇ ਕਿ ਕੀ ਲੱਗਣਾ ਕੀ ਨਹੀਂ ਲੱਗਣਾ ਕਿ ਬੀ ਹੋਇਆ ਕਿ ਨਹੀਂ ਹੋਇਆ ਜੀ ਇਕਦਾਂ ਹੀ ਉਹਨਾਂ ਨੇ ਕਿਹਾ ਕਿ ਜੇ ਤੂੰ ਕੋਈ ਗਲਤ ਕੰਮ ਕਰਦਾ ਹੈ ਤੇ ਗਲਤ ਕੰਮ ਕਿਸੇ ਕਾਰਨ ਲਈ ਕਰਦਾ ਹੈ ਤੇ ਉਹ ਕਾਰਨ ਪ੍ਰਤੱਖ ਹੋ ਜਾਣਾ ਹੋਣਾ ਚਾਹੀਦਾ ਸੋ ਕਹਿੰਦੇ ਜੀ ਅਸੀਂ ਬਹੁਤ ਜਦਾ ਖਦਸ਼ੇ ਵਿੱਚ ਸੀਗੇ ਅਸੀਂ ਕਹੇ ਸੀ ਜੇ ਅਸੀਂ ਪਹਿਲਾਂ ਗੱਲ ਕਰਾਂਗੇ ਤੇ ਲੋਕਾਂ ਨੇ ਕਹਿਣਾ ਜੀ ਇਹ ਆਪ ਦੀ ਮਨਾਉਣ ਨੂੰ ਕਰਦੇ ਨੇ ਬਹੁਤ ਗੱਲਾਂ ਹੁੰਦੀਆਂ ਸੀ ਵਿਦੀਪ ਸਿੱਧੂ ਨੂੰ ਸਟੇਜ ਦੇ ਉੱਤੋਂ ਕਿਉਂ ਨਹੀਂ ਬੋਲਣ ਦਿੱਤਾ ਜਾਂਦਾ ਬਹੁਤ ਬਹੁਤ ਸਾਰੀਆਂ ਗੱਲਾਂ ਔਰ ਕਿਤਨੇ ਕਿਤੇ ਸਾਨੂੰ ਵੀ ਲੱਗਦਾ ਸੀ ਕਿ ਭਾਈ ਜੀ ਹੁਣ ਇਹ ਚੰਗੇ ਕੰਮ ਲਈ ਕਰਨ ਲੱਗੇ ਆ ਤੇ ਫਿਰ ਇਹਨਾਂ ਦੋਹਾਂ ਨੂੰ ਬੋਲ ਲੈਣਾ ਚਾਹੀਦਾ ਪਰ ਹੱਦ ਜਿਹੜਾ ਹੈ ਮੈਨੂੰ ਲੱਗਦਾ ਜਿਹਨੂੰ ਨਹੀਂ ਵੀ ਪਤਾ ਸੀ ਉਹਨੂੰ ਵੀ ਕਲੀਅਰ ਹੋ ਗਿਆ ਕਿ ਇਸ ਕਰਕੇ ਜਿਹੜੀਆਂ ਜੱਤੇਬੰਦੀਆਂ ਕਹਿੰਦੀਆਂ ਸੀ ਕਿਆਂ ਉਹ ਇਸ ਇਸ ਚੀਜ਼ਾਂ ਤੋਂ ਡਰਦੀਆਂ ਸੀ ਇਸ ਕਲੋ ਕਲੇਜ ਤੋਂ ਡਰਦੀਆਂ ਸੀ ਹੁਣ ਜੇ ਆਪਾਂ ਗੱਲ ਕਰ ਲਈਏ ਕਿ ਬਹੁਤ ਵੱਡੀ ਸਟੇਜ ਹੈ ਇਹ 2 ਮਹੀਨਿਆਂ ਤੋਂ ਵੱਧ ਦਾ ਸਮਾਂ ਆ ਇਹ 2 ਮਹੀਨਿਆਂ ਦੇ ਵੱਧ ਦੇ ਸਮੇਂ ਨੂੰ ਜੇ ਅਸੀਂ ਸਾਂਡਾਉਣੀ ਹੋਵੇ ਤਾਂ ਅਸੀਂ ਕੁਝ ਕੁ ਘੰਟਿਆਂ ਦੇ ਵਿੱਚ ਲਾ ਸਕਦੇ ਆ ਇਹ ਜਿਹੜਾ ਹੈ ਸਾਬਿਤ ਕਰ ਦਿੱਤਾ 26 ਜਨਵਰੀ ਦੀ ਪਰੇਡ ਨੇ ਸੋ ਅੱਗੋਂ ਵੀ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਆ ਵੀ ਬਈ ਜਿਹੜੇ ਜਥੇਬੰਦੀਆਂ ਦੇ ਆਗੂ ਬੈਠੇ ਨੇ ਉਹ ਸੰਯੁਕਤ ਮੋਰਚੇ ਦੀ ਜਿਹੜੀ ਕੋਈ ਗੱਲਬਾਤ ਆਉਂਦੀ ਹੈ ਉਹਦੇ ਨਾਲ ਜਿਹੜਾ ਹੈ ਮਿਲ ਬੱਤ ਕੇ ਜਿਹੜਾ ਹੈ ਇੱਕ ਸੰਦੇਸ਼ ਜਿਹੜਾ ਆਉਂਦਾ ਹੈ ਉਹਨੂੰ ਮੰਨਣਾ ਬਹੁਤ ਜ਼ਰੂਰੀ ਆ ਸਾਡੇ ਸਾਰਿਆਂ ਲਈ ਜੀ ਦੇਖੋ ਦੂਸਰੇ ਬੰਦੇ ਮੈਂ ਤੁਹਾਨੂੰ ਆਫ ਕੈਮਰਾ ਵੀ ਪੁੱਛਦਾ ਸੀਗਾ ਉਹ ਬੰਦਾ ਜਿਹੜਾ ਦੀਪ ਸਿੱਧੂ ਆ ਉਹ ਪਹਿਲਾਂ ਤਾਂ ਜਾਂਦਾ ਆ ਹੈਨਾ ਉਹ ਉੱਥੋਂ ਹੋ ਕੇ ਜਿਹੜਾ ਇੱਕ ਲਾਲ ਕਿਲੇ ਤੱਕ ਪਹੁੰਚ ਜਾਂਦਾ ਹੈ ਫਿਰ ਸਮਝ ਨਹੀਂ ਆਉਂਦੀ ਕਿ ਉਹ ਬੰਦੇ ਨੂੰ ਮੋਟਰਸਾਈਕਲ ਕਿੱਥੋਂ ਮਿਲ ਜਾਂਦਾ ਆ ਔਰ ਉਹ ਮੋਟਰਸਾਈਕਲ ਤੇ ਇਕੱਲਾ ਹੀ ਉੱਥੋਂ ਪਹਗੋੜਾ ਹੋ ਜਾਂਦਾ ਆ ਫਿਰ ਕਿੱਥੋਂ ਦੂਸਰੀ ਜਗ੍ਹਾ ਤੋਂ ਪਰ ਦੂਸਰੇ ਬੰਨੇ ਅਸੀਂ ਆਪਣੇ ਕਿਸਾਨ ਜੱottes ਬੰਦਿਆਂ ਦੀ ਗੱਲ ਕਰੀਏ ਉਹ ਉੱਥੋਂ ਆ ਕੇ ਆਪੋ ਆਪਣੇ ਘਰਾਂ ਮੜ ਜਾਂਦੇ ਆ ਘਰ ਮਤਲਬ ਆਪਣੇ ਜਿਹੜੇ ਬਾਰਡਰ ਆ ਉਹਨਾਂ ਤੇ ਆ ਜਾਂਦੇ ਨੇ ਫਿਰ ਲਗਾਤਾਰ ਉਹ ਉੱਥੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਘਰੋ ਘਰੀ ਆ ਜਾਓ ਬਿਨਾਂ ਨੇਰਾ ਪੈਣ ਤੋਂ ਪਹਿਲਾਂ ਕਿ ਕੋਈ ਮੰਦਭਾਗੀ ਘਟਨਾ ਨਾ ਹੋ ਜਾਵੇ ਹੁਣ ਤੁਸੀਂ ਦੂਸਰੇ ਬੰਨੇ ਦੇਖ ਲਓ ਇੱਕ ਬੰਦਾ ਉੱਥੇ ਬਾਰਡਰਾਂ ਦੇ ਤੁਹਾਨੂੰ ਲੱਭਦਾ ਹੀ ਨਹੀਂ ਆ ਤਾਂ ਦੂਸਰੇ ਬੰਨੇ ਰਾਜਵਾਲ ਸਾਹਿਬ ਹੁਣੀ ਜਿਹੜੇ ਨੇ ਡਾਕਟਰ ਦਰਸ਼ਨਪਾਲ ਹੁਣੀ ਨੇ ਉਗਰਾਹਾ ਹੁਣੀ ਉਹ ਕਹਿੰਦੇ ਜੀ ਅਸੀਂ ਤਾਂ ਇੱਥੇ ਦੇ ਸੀਗੇ ਜਿੰਨੂੰ ਮਰਜ਼ੀ ਪੁੱਛ ਲਓ ਅਸੀਂ ਇੱਥੇ ਸੀਗੇ ਤੇ ਜੇ ਤੁਸੀਂ ਦੂ ਕਿੱਥੇ ਆ ਕੀ ਕਰਦਾ ਇਹ ਗੱਲ ਨਹੀਂ ਹੁੰਦੀ ਤੁਸੀਂ ਮੁੰਡਿਆਂ ਨੂੰ ਨਾਲ ਲੈ ਕੇ ਗਏ ਹੋ ਤੁਸੀਂ ਫਿਰ ਆਪ ਦਾ ਮੋਰਚੇ ਤੋਂ ਸਵਾਤ ਤਾਂ ਹੀ ਹੁੰਦਾ ਜੇ ਤੁਸੀਂ ਉਸ ਮੋਰਚੇ ਦੇ ਨਾਲ ਮੁੜ ਕੇ ਆਉਂਦੇ ਜੀ ਹੁਣ ਇਹ ਕਹਿੰਦੇ ਜੀ ਅਸੀਂ ਤਾਂ ਇੱਥੇ ਤੁਰੇ ਫਿਰਦੇ ਆ ਦੂਸਰੇ ਬੰਨੇ ਸਾਡੇ ਕਿਸਾਨ ਲੀਡਰ ਜੱਥੇਬੰਦੀਆਂ ਦੇ ਲੀਡਰ ਨੇ ਉਹ ਕਹਿੰਦੇ ਜੀ ਅਸੀਂ ਤਾਂ ਇੱਥੇ ਤੁਰੇ ਫਿਰਦੇ ਆ ਜਿੱਥੋਂ ਤੱਕ ਹੋ ਸਕਦਾ ਅਸੀਂ ਅਖੀਰੀ ਟਰਾਲੀ ਤੱਕ ਜਾਣ ਦੀ ਕੋਸ਼ਿਸ਼ ਕੀਤੀ ਆ ਵੀ ਭਾਈ ਕੁਝ ਠੀਕ ਹੋ ਸਲਾਮਤੋਂ ਕੁਝ ਹੋਇਆ ਤਾਂ ਨਹੀਂ ਆ ਜੀ ਤੇ ਦੂਸਰੇ ਬੰਨੇ ਇਹ ਸਿੱਧੂ ਵਰਗੇ ਜਿਹੜੇ ਕਿਤੇ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਜਾ ਕੇ ਲਾਈਵ ਹੋ ਜਾਂਦੇ ਨੇ ਸੋ ਸਿਸਟਮ ਨੂੰ ਸਮਝਣ ਦੀ ਲੋੜ ਆ ਜੀ ਜੀ ਕਿਉਂਕਿ ਅਸੀਂ ਦੇਖਿਆ ਹੁਣ ਇੱਕ ਸਟੇਟਮੈਂਟ ਵੀ ਆਉਂਦੀ ਸੰਨੀ ਦੇਵੋਲ ਹੁਣਾਂ ਦੀ ਵੀ ਜੀ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਭਈ ਇੰਨੀ ਸਟੇਟਮੈਂਟ ਚਲੋ ਉਹਨਾਂ ਨੇ ਆਪਣਾ ਬਣਦਾ ਫਰਜ਼ ਪੂਰਾ ਕਰ ਦਿੱਤਾ ਵੀ ਚਲੋ ਮੈਨੂੰ ਮੁੜ ਕੇ ਨਾ ਕਹਿਣ ਚਲੋ ਕੁਝ ਤਾਂ ਬੋਲੇ ਸਹੀ ਕਹਿੰਦੇ ਹੁੰਦੇ ਨੇ ਕਿ ਮਿੱਟੀ ਵਾਂਗੂ ਗੁੰਗੇ ਹੋਣ ਨਾਲੋਂ ਚੰਗਾ ਕਿ ਤੁਸੀਂ ਕੁਝ ਹਾਂ ਜਾਂ ਨਾ ਦੇ ਵਿੱਚ ਹੀ ਕਹਿ ਲਓ ਉਹ ਉਹਨਾਂ ਨੇ ਹਾਂ ਜਾਂ ਨਾ ਦੇ ਵਿੱਚ ਕਹਿ ਦਿੱਤਾ ਵੀ ਨਹੀਂ ਇਹਦਾ ਸਾਡੇ ਨਾਲ ਕੋਈ ਤਾਲੁਕ ਨਹੀਂ ਆ ਪੱਲੜਾ ਛਾੜ ਦਿੱਤਾ ਹੁਣ ਅੱਗੋਂ ਮੈਂ ਤੁਹਾਨੂੰ ਇਹੀ ਸਵਾਲ ਤਾਂ ਪੁੱਛਿਆ ਸੀ ਵੀ ਆਪਾਂ ਕਹਿੰਦੇ ਵੀ ਐਡੀ ਮੰਦਭਾਗੀ ਹੋ ਗਈ ਇੰਦੀ ਮੰਦਭਾਗੀ ਹੋ ਗਈ ਸਾਡੀਆਂ ਜੇ ਮੰਦਭਾਗੀ ਹੋ ਗਈ ਆ ਚੰਗਾ ਹੋ ਗਿਆ ਵੀ ਪ੍ਰਤੱਖ ਹੋ ਗਿਆ ਵੀ ਕੌਣ ਆ ਹੁਣ ਕੱਲ ਦਾ ਜਿਹੜਾ ਸਾਡਾ ਸੱਤ ਧਰਨਾ ਉਹ ਆਉਂਦਾ ਉਹ ਤਰਿਆ ਫਿਰਦਾ ਮੈਂ ਇਸ ਕਰਕੇ ਤੁਹਾਨੂੰ ਇਹ ਸਵਾਲ ਪੁੱਛਿਆ ਸੀ ਵੀ ਤੁਸੀਂ ਇਸ ਰੋਅ ਨੂੰ ਕਿਵੇਂ ਦੇਖਦੇ ਹੋ ਜੀ ਕਰ ਸਵੇਕ ਹੋਰ ਗੱਲਾਂ ਜਿਵੇਂ ਅਸੀਂ ਗੱਲ ਕੀਤੀ ਸ਼ੁਰੂ ਤੋਂ ਕਿ ਇਸ ਪੂਰੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੋ ਭਾਵੇਂ ਦੀਪ ਸਿੱਧੂ ਕਾਰਨ ਰਿਆ ਹੋਵੇ ਭਾਵੇਂ ਦਿੱਲੀ ਪੁਲਿਸ ਕਾਰਨ ਰਹੀ ਹੋਵੇ ਕਿਤਨਾ ਕਿਤੇ ਆਪਣੇ ਪੂਰੇ ਪਲਾਨ ਦੇ ਵਿੱਚ ਥੋੜੀ ਜੀ ਸਕਸੈਸਫੁਲ ਜ਼ਰੂਰ ਹੋਈ ਏ ਪਰ ਇਸ ਤੇ ਸਾਨੂੰ ਸਬਕ ਲੈਣਾ ਚਾਹੀਦਾ ਤੇ ਸਬਕ ਲੈ ਵੀ ਲਿਆ ਕਿਸਾਨ ਪੂਰੇ ਮੋਰਚੇ ਨੇ ਉਹਨਾਂ ਨੇ ਅਗਲੇ ਪਲੈਨਿੰਗਾਂ ਦੀ ਵੀ ਪੂਰੀ ਘੋਸ਼ਣਾ ਕਰ ਦਿੱਤੀ ਕਿ ਹਾਂ ਵੀ ਅਸੀਂ ਹੁਣ ਜਿਹੜਾ ਸੰ ਤਾਲ ਕਰਕੇ ਜੋ ਚੀਜ਼ ਹੋਈ ਆ ਅਸੀਂ ਉਹਦਾ ਰੋਸ ਵੀ ਕਰਾਂਗੇ ਇੱਕ ਤਰ੍ਹਾਂ ਦਾ ਪਛਤਾਤਾਬ ਵੀ ਕਰਾਂਗੇ ਤੇ ਰੋਸ ਵੀ ਕਰਾਂਗੇ ਤੇ ਅਗਲੀ ਪਲਾਨਿੰਗ ਜਿਹੜੀ ਹੈ ਸਾਡੀ ਉਹ ਲਗਾਤਾਰ ਇਉਂ ਦੀ ਤਿਉਂ ਚਲਦੀ ਰਹੇਗੀ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੜਾ ਪੂਰਾ ਮੋਦੀ ਮੀਡੀਆ ਹੈ ਗੋਦੀ ਮੀਡੀਆ ਹੈ ਔਰ ਲਗਾਤਾਰ ਉਹਨਾਂ ਨੇ ਖਬਰ ਪਤਲਾਉਣੀ ਸ਼ੁਰੂ ਕਰ ਦਿੱਤੀ ਕਿ ਬਈ ਹੁਣ ਤਾਂ ਜਿਹੜਾ ਪੂਰਾ ਅੰਦੋਲਨ ਹੈ ਖਤਮ ਹੋ ਚੁੱਕਾ ਹੈ ਤਾਰਬਿੱਡੋ ਹੋ ਚੁੱਕਿਆ ਤੇ ਲੋਕ ਤਾਂ ਘਰਾਂ ਨੂੰ ਮੁੜ ਲਾਪੇ ਤਾਂ ਉੱਥੇ ਕਾਫੀ ਸਾਰੇ ਜਿਹੜੇ ਲੋਕ ਨੇ ਉਹ ਲਾਈਵ ਹੋ ਕੇ ਦੱਸ ਰਹੇ ਨੇ ਵੀਡੀਓ ਪਾ ਕੇ ਦੱਸ ਰਹੇ ਨੇ ਕਿ ਭਈ ਜਿਹੜੇ ਸਿਰਫ ਸਿਰਫ ਦਿੱਲੀ ਮਾਰਚ ਇਸ ਟਰੈਕਟਰ ਮਾਰਚ ਦਾ ਹਿੱਸਾ ਬਣਨ ਆਏ ਸਨ ਉਹ ਵਾਪਸ ਜਾ ਰਹੇ ਨੇ ਪੂਰਾ ਅੰਦੋਲਨ ਕਿਤੇ ਦੀ ਵੀ ਕਿਤੇ ਵੀ ਨਹੀਂ ਹਿੱਲਿਆ ਕੋਈ ਵੀ ਘਰਾਂ ਨੂੰ ਨਹੀਂ ਜਾ ਰਿਹਾ ਜਿਹੜੇ ਬੰਦੇ ਗਏ ਸਿਰਫ 26 ਜਨਵਰੀ ਦੇ ਲਈ ਸੀਗੇ ਉਹ ਆਪਣੇ ਕੰਮਾਂ ਤੋਂ ਨਿਕਲ ਕੇ ਗਏ ਸੀ ਕਿ ਹਾਂ ਵੀ ਇਸ ਇਤਿਹਾਸਿਕ ਮਾਰਚ ਦਾ ਅਸੀਂ ਹਿੱਸਾ ਬਣਾਂਗੇ ਤੇ ਜਿਹੜੇ ਮੌਜੂਦ ਪਹਿਲਾਂ ਦੇ ਉੱਥੇ ਬੰਦੇ ਬੈਠੇ ਸੀਗੇ ਉਹ ਹਾਲੇ ਵੀ ਉੱਥੇ ਹੀ ਬੈਠੇ ਹੋਏ ਨੇ ਪੂਰੇ ਜੋਸ਼ ਨਾਲ ਬੈਠੇ ਹੋਏ ਨੇ ਨੋ ਡਾਊਟ ਉਹਨਾਂ ਨੂੰ ਹਲਕਾ ਏ ਤਕਾ ਜ਼ਰੂਰ ਲਗਾ ਪਰ ਜ਼ਰੂਰ ਸਫ਼ਰ ਲੰਬਾ ਹੋਵੇ ਨਾ ਤੇ ਖੈਰ ਸਭ ਥੋੜੇ-ਮੋਟੇ ਟੱਕੇ ਜਿਹੜੇ ਨੇ ਉਹ ਵੀ ਸਹਿ ਲੈਣੇ ਚਾਹੀਦੇ ਨੇ ਪਤਾ ਲੱਗ ਜਾਂਦਾ ਕਿ ਸਫ਼ਰ ਦੇ ਹੋਰ ਅੱਗੇ ਆ ਕੇ ਤੁਸੀਂ ਕੀ-ਕੀ ਹੋਰ ਸਹਿਣ ਕਰਨਾ ਸੋ ਜਿਹੜੇ ਬੰਦੇ ਗਏ ਸੀਗੇ ਸਿਰਫ ਸਿਰਫ 26 ਜਨਵਰੀ ਦੇ ਵਿੱਚ ਇਸ ਪ੍ਰੇਡ ਦਾ ਹਿੱਸਾ ਬਣਨ ਲਈ ਉਹ ਵਾਪਸ ਪਰਤੇ ਨੇ ਹੋਰ ਕੋਈ ਲੋਕ ਵਾਪਸ ਨਹੀਂ ਪਰਤੇ ਜੋਸ਼ ਵੀ ਪੂਰਾ ਉਦੋਂ ਵੀ ਬਰਕਰਾਰ ਰਿਹਾ ਤੇ ਜਿਹੜੀਆਂ ਲੰਗਰ ਭ ਉਸ ਪੂਰੇ ਹਿੰਸਾ ਤੋਂ ਬਾਅਦ ਹਿੰਸਾ ਕੱਲੀ ਜਾਂ ਫਿਰ ਉਸ ਪੂਰੇ ਦਿਨ ਤੋਂ ਬਾਅਦ ਦਿੱਲੀ ਦੇ ਲੱਗ ਲੱਗ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੁੰਦੀ ਹੈ 22 ਤੋਂ 23 ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਕਾਫੀ ਸਾਰੀ ਐਫ ਆਈ ਆਰ ਦੇ ਵਿੱਚ ਵੱਡੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਨਾਮ ਦਰਜ ਕੀਤੇ ਜਾਂਦੇ ਨੇ ਤੁਸੀਂ ਨਾਮ ਲਿਆ ਰਾਜਵਾਲ ਹੋਣਾ ਦਾ ਦਰਸ਼ਨਪਾਲ ਹੋਣਾ ਦਾ ਉਸਵਾ ਗੁਰਾਹਾਂ ਜੀ ਹੋਣਾ ਦਾ ਉਸਵਾ ਯੋਗਿੰਦਰ ਯਾਦਵ ਹੋਣਾ ਦਾ ਰਕੇਸ਼ ਤਕੈਤ ਹੋਣਾ ਦਾ ਸੋ ਕਾਫੀ ਸਾਰੀ ਐਫ ਆਈ ਆਰ ਦੇ ਵਿੱਚ ਐਨ ਸਾਰੇ ਨਾਮਾਂ ਨੂੰ ਕਾਮਨ ਦੇਖਿਆ ਜਾ ਰਿਹਾ ਹੈ ਕਿ ਹਾਰੇ ਇੱਕ ਐਫ ਆਈ ਆਰ ਦੇ ਵਿੱਚ ਐਨਾਂ ਦੇ ਨਾਮ ਜ਼ਰੂਰ ਸ਼ਾਮੂਲੀਤ ਹੈ ਪਰ ਕਿਸੇ ਵੀ ਇੱਕਾ ਐਫ ਆ ਦਾ ਨਾਮ ਕਿਉਂ ਨਹੀਂ ਆਂਦਾ ਪੰਨੂ ਸਾਹਿਬ ਉਹਨਾਂ ਦਾ ਨਾਮ ਨਹੀਂ ਆਂਦਾ ਪੰਦੇਰ ਉਹਨਾਂ ਦਾ ਨਾਮ ਨਹੀਂ ਆਂਦਾ ਸੋ ਖਾਸ ਕਰਕੇ ਮੈਨ ਦੇਖਿਆ ਜਾਵੇ ਦੀਪ ਸਿੱਧੂ ਜਿਸ ਨੂੰ ਕਿ ਫੇਸਬੁੱਕ ਲਾਈਵ ਵੀਡੀਓ ਚ ਅਸੀਂ ਦੇਖ ਵੀ ਸਕਦੇ ਹਾਂ ਕਿ ਉਹ ਬੰਦਾ ਰੈੱਡ ਫੋਰਟ ਯਾਨੀ ਕਿ ਲਾਲ ਕਿਲੇ ਦੇ ਸਾਹਮਣੇ ਹੋ ਕੇ ਲਾਈਵ ਹੋ ਕੇ ਬੋਲ ਵੀ ਰਿਹਾ ਵਾ ਕਿ ਹਾਂ ਵੀ ਮੈਂ ਇੱਥੇ ਆਇਆ ਵਾਂ ਤੇ ਮੈਂ ਆਹ ਸਭ ਘਟਨਾ ਨੂੰ ਅੰਜਾਮ ਦਿੱਤਾ ਵਾ ਉਹਨਾਂ ਨੇ ਆਪਣੀ ਸਫਾਈ ਵੀ ਦਿੱਤੀ ਹੈ ਕਿ ਅਸੀਂ ਕੋਈ ਤਿਰੰਗਾ ਝੰਡਾ ਨਹੀਂ ਪਿੱਛੇ ਸੁੱਟਿਆ ਜਾਂ ਫਿਰ ਨਹੀਂ ਆਪਾਂ ਉਰ ਤੋਂ ਹਟਾਇਆ ਅਸੀਂ ਆਪਣਾ ਘੋਮੀ ਝੰਡਾ ਲਹਿਰਾਇਆ ਸੋ ਉਹ ਚੀਜ਼ ਉੱਤੇ ਦਿੱਲੀ ਪੁਲਿਸ ਕਿਉਂ ਐਫ ਆਈ ਆਰ ਨਹੀਂ ਕਰਦੀ ਸੋ ਉਹ ਵੀ ਇੱਕ ਸਵਾਲ ਦਿੱਲੀ ਪੁਲਿਸ ਦੇ ਪੁੱਟਦਾ ਵਾ ਦੂਜਾ ਸਵਾਲ ਅਸੀਂ ਕੱਲ ਵੀ ਕਰਸਾ ਪੁੱਛਿਆ ਸੀਗਾ ਕਿ ਇਸ ਪੂਰੇ ਹਾਈ ਟੈਕ ਸਕਿਉਰਿਟੀ ਹੋਣ ਦੇ ਬਾਵਜੂਦ ਖੂਫੀ ਏਜੰਸੀ ਹੋਣ ਦੇ ਬਾਵਜੂਦ ਤਿੰਦਰ ਸੂਬਿਆ ਦੀ ਪੁਲਿਸ ਹੋਣ ਦੇ ਬਾਵਜੂਦ ਉਸ ਪੂਰੇ ਲਾਲ ਕਿਲੇ ਦੇ ਆਲੇ ਦੁਆਲੇ ਪੁਲਿਸ ਕਿਉਂ ਨਹੀਂ ਸੀਗੀ ਉੱਥੇ ਐਨੇ ਪੁਕਤਾ ਇੰਤਜ਼ਾਮ ਕਿਉਂ ਨਹੀਂ ਕੀਤੇ ਗਏ ਦੇਖੋ ਸਵਾਲ ਤਾਂ ਹੋਰ ਵੀ ਬਹੁਤ ਨੇ ਜੇ ਤੁਸੀਂ ਤੁਹਾਡੇ ਮੇਨ ਦੋ ਸਵਾਲ ਜਿਹੜੇ ਮੈਂ ਗੱਲ ਕਰਾਂ ਤੁਸੀਂ ਕਹਿੰਦੇ ਆ ਜੀ ਦੀਪ ਸਿੱਧੂ ਹੁਣਾਂ ਦੇ ਉੱਤੇ ਐਫਆਈਆਰ ਨਹੀਂ ਹੈਗੀ ਤੁਸੀਂ ਸਤਨਾਮ ਸਿੰਘ ਪੰਨੂ ਹੁਣਾਂ ਦਾ ਵੀ ਨਾਮ ਲਿਆ ਪਰ ਸਤਨਾਮ ਸਿੰਘ ਪੰਨੂ ਹੁਣਾਂ ਦਾ ਨਾਮ ਐਫਆਈਆਰ ਦੇ ਵਿੱਚ ਹੈ ਜੀ ਟੋਟਲ 37 ਐਫਆਈਆਰ ਹੋਈਆਂ ਜਿਨ੍ਹਾਂ ਦੇ ਵਿੱਚ ਸਤਨਾਮ ਪੰਨੂ ਦਾ ਨਾਮ ਆਉਂਦਾ ਆ ਪਰ ਕਿਤੇ ਨਾ ਕਿਤੇ ਦੀਪ ਸਿੱਧੂ ਦਾ ਨਾਮ ਜਿਹੜੇ ਤੁਸੀਂ ਕਿਹਾ ਬਿਲਕੁਲ درست ਹੈ ਕਿ ਉਹਦਾ ਨਾਮ ਕਿਤੇ ਨਹੀਂ ਸਾਨੂੰ ਵੇਖਣ ਨੂੰ ਮਿਲਿਆ ਪਤਾ ਹੀ ਨਹੀਂ ਹੈ ਸਾਨੂੰ ਹੋਈ ਹੈ ਕਿ ਨਹੀਂ ਹੋਈ ਪਰ ਦੂਸਰੇ ਬੰਨੇ ਜੇ ਗੱਲ ਕੀਤੀ ਜਾਵੇ ਤੇ ਇੱਕ ਨਿਊਜ਼ ਜਿਹੜੀ ਹੈ ਉਹ ਬਕਰੇ ਬਕਰੇ ਨਿਊਜ਼ਪੇਪਰ ਦੇ ਜਿਹੜਾ ਫਰੰਟ ਪੇਜ ਤੇ ਬਣੀ ਆ ਉਹ ਸਿਰਫ ਤੇ ਸਿਰਫ ਉਹ ਪੁਰਾਣੇ ਸੰਬੰਧ ਦੀ ਗੱਲ ਕਰ ਰਹੇ ਨੇ ਕਿ ਜਿਹੜਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਨਾਂ ਨੇ ਉਹਨੂੰ ਸੰਮਣ ਭੇਜਿਆ ਹੋਇਆ ਨੇ ਇਸ ਤੋਂ ਇਲਾਵਾ ਸਾਡੇ ਕੋਲੇ ਕੋਈ ਖਬਰ ਨਹੀਂ ਹੈਗੀ ਫਿਰ ਦੂਸਰੇ ਬੰਦੇ ਤੁਸੀਂ ਕਿਹਾ ਜੀ ਜੇ ਅਸੀਂ ਗੱਲ ਕਰਦੇ ਹਾਂ ਕਿ ਆਈਟੀਓ ਦੇ ਉੱਤੇ ਸਿਕਿਉਰਿਟੀ ਕਿਉਂ ਨਹੀਂ ਸੀ ਸੋ ਖੈਰ ਸਾਬ ਦੋ ਤਿੰਨ ਹੋ ਚੁੱਕੇ ਨੇ ਇਸ ਪੂਰੀ ਘਟਨਾ ਕਰਮ ਨੂੰ ਤੇ ਅਸੀਂ ਬਾਰ-ਬਾਰ ਇਹ ਸਵਾਲ ਪੁੱਛ ਰਹੇ ਸਨ ਕਿ ਹਾਂ ਵੀ ਦੀਪ ਸੱਦੂ ਤੇ ਕਿਉਂ ਨਹੀਂ ਐਫਆਈਆ ਦਰਜ ਕੀਤੀ ਗਈ ਹੁਣੇ ਇੱਕ ਬ੍ਰੇਕਿੰਗ ਸਾਹਮਣੇ ਆ ਰਹੀ ਹੈ ਕਿ ਦੀਪ ਹੁਕਮ ਜਾਰੀ ਕੀਤੇ ਗਏ ਨੇ ਇਸ ਤੋਂ ਇਲਾਵਾ ਐਸਆਈਟੀ ਟੀਮ ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹ ਬੈਠੇਗੀ ਉਹ ਬਣਾਈ ਜਾਵੇਗੀ ਉਹ ਪੂਰੀ ਜਾਂਚ ਪੜਤਾਲ ਕਰੇਗੀ ਕਿ ਵਾਕਈ ਅਨਦਰ ਹੱਤ ਸੀ ਜਾਂ ਫਿਰ ਹੱਤ ਨਹੀਂ ਸੀ ਉਸ ਨੂੰ ਅਲੱਗ ਤਰੀਕੇ ਨਾਲ ਦੇਖਿਆ ਜਾਵੇਗਾ ਸਰਬ ਮੈਨੂੰ ਲੱਗ ਰਿਹਾ ਕਿ ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਐਨੇ ਦਿਨਾਂ ਵਿੱਚ ਪਹਿਲੇ ਦਿਨ ਜਦੋਂ ਆਪਾਂ ਐਫਆਈਆਰ ਦਾ ਨਾਮ ਲਿਆ ਤਾਂ ਵੱਡੇ ਵੱਡੇ ਜਿਹੜੇ ਆਗੂ ਸੀਗੇ ਉਹਨਾਂ ਦਾ ਨਾਮ ਲੈ ਲਿਆ ਗਿਆ ਜਦੋਂ ਪੂਰੇ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਿਰ ਕੁਝ ਇੱਕ ਤਬਕੇ ਦੇ ਉੱਪਰ ਆਵਾਜ਼ ਚੁੱਕੀ ਗਈ ਕਿ ਭਾਈ ਦੀਪ ਸਿੱਧੂ ਦਾ ਨਾਮ ਕਿੱਥੇ ਆ ਉਸ ਤੋਂ ਬਾਅਦ ਅਜਿ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਸਟ ਇੱਕ ਉਪਚਾਰਿਕਾ ਜਿਹਨੂੰ ਹਿੰਦੀ ਚ ਵਰਡ ਬੋਲਦੇ ਕਿ ਉਪਚਾਰਿਕਾ ਲੋਕ ਦਿਖਾਈ ਜਿਹਨੂੰ ਆਪਾਂ ਕਹਿੰਦੇ ਆ ਸਿਰਫ ਉਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਵਾਕਈ ਇਸ ਵਿੱਚ ਇਸਨਾਂ ਨੂੰ ਸਜ਼ਾ ਮਿਲਦੀ ਏ ਨਹੀਂ ਮਿਲਦੀ ਉਹ ਬੜਾ ਸਵਾਲ ਉੱਠਿਆ ਉੱਥੇਗਾ ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਸੰਨੀ ਦੋਲ ਹੁਣ ਦੇ ਨਾਲ ਫੋਟੋ ਦੇਖਣ ਨੂੰ ਮਿਲੀ ਏ ਪ੍ਰਧਾਨ ਮੰਤਰੀ ਹੁਣ ਦੇ ਨਾਲ ਬਿਲਕੁਲ ਬੈਠੇ ਨੇ ਅਮਿਤ ਸ਼ਾਹ ਹੁਣ ਦੇ ਨਾਲ ਕਾਫੀ ਸਾਰੀਆਂ ਫੋਟੋਜ਼ ਨੇ ਸੋ ਕਾਫੀ ਸਾਰੀਆਂ ਫੋਟੋਜ਼ ਜਿਹੜੀਆਂ ਨਹੀਂ ਉਹ ਸਵਾਲ ਜ਼ਰੂਰ ਪੁੱਛਦੀ ਏ ਕਿ ਬਈ ਇਹਨਾਂ ਨੂੰ ਪਹਿਲੇ ਦਿਨ ਐਫ ਆਈ ਆਰ ਕਿਉਂ ਨਹੀਂ ਉਹਦੇ ਵਿੱਚ ਨਾਮ ਸ਼ਾਮਲ ਕੀਤਾ ਗਿਆ ਦੋ ਉਹਨਾਂ ਦੇ ਪ੍ਰੈਸ਼ਰ ਤੋਂ ਬਾਅਦ ਜਿਹੜੀ ਹੁਣੇ ਖਬਰ ਆਈ ਹੈ ਕਿ ਹਾਂ ਵੀ ਉਹਨਾਂ ਦੇ ਉੱਪਰ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਨੇ ਜਾਰੀ ਕੀਤੇ ਗਏ ਨੇ ਈਵਨ ਗ੍ਰਿਫਤਾਰੀ ਨਹੀਂ ਹੋएगी ਪਹਿਲਾਂ ਐਸਆਰਟੀ ਬੈਠੇਗੀ ਫਿਰ ਅੱਗੋਂ ਕਾਰਵਾਈ ਚੱਲੇਗੀ ਸੋ ਲੱਗ ਰਿਹਾ ਹੈ ਕਿ ਹਾਂ ਵੀ ਸਿਰਫ ਲੋਕ ਦਿਖਾਈ ਦੇ ਕਰਕੇ ਆ ਸਾਰੀ ਜਿਹੜੀ ਚੀਜ਼ ਹੈ ਨਵਾਂ ਛੜੀ ਅੰਤਰੇ ਘੜਿਆ ਜਾਇ ਰਿਹਾ ਦੇਖੋ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦਿੱਤਾ ਕਿ ਇਹ ਉਹ ਬੰਦੇ ਨੇ ਜਿਹੜਾ ਨੇ ਮਿਸ ਗਾਈਡ ਕਰ ਦਿੱਤਾ ਹੁਣ ਜਿਹੜੇ ਬਹੁਤ ਆਤ ਜਿਹੜੇ ਆਪਾਂ ਕਹਿ ਲਈਏ ਕਿ ਗਏ ਹੋਏ ਸੀਗੇ ਉਹਨਾਂ ਨੂੰ ਦਿੱਲੀ ਦੇ ਰੂਟ ਦਾ ਨਹੀਂ ਪਤਾ ਹੁੰਦਾ ਦਿੱਲੀ ਕਿੱਧਰ ਨੂੰ ਹੈ ਕਿਸੇ ਨੂੰ ਨਹੀਂ ਪ ਰਾਜੇਵਾਲ ਨੇ ਕੱਲ ਸਟੇਜ ਤੋਂ ਵੀ ਇਹ ਗੱਲ ਕਹੀ ਕਹਿੰਦੇ ਜੀ ਅੱਧੀ ਰਾਤ ਨੂੰ ਜਿਹੜਾ ਹੈ ਵੱਡੇ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਸਤਨਾਮ ਪੰਨੂ ਹੁਣਾਂ ਨੂੰ ਸਰਵੰਤ ਸਿੰਘ ਪੰਦੇਰ ਹੁਣਾਂ ਦੇ ਜਿਹੜਾ ਹੈ ਟੈਂਟ ਦੇ ਵਿੱਚ ਕਿਉਂ ਆਉਂਦੇ ਨੇ ਔਰ ਸਭ ਤੋਂ ਪਿੱਛੇ ਇਹਨਾਂ ਦਾ ਟੈਂਟ ਲੱਗਾ ਜੇ ਤੁਸੀਂ ਦੇਖਿਆ ਜਾਵੇ ਤੇ ਇਹਨਾਂ ਨੂੰ ਸਭ ਤੋਂ ਅੱਗੇ ਕਾਹਤੋਂ ਲਿਆਂਦਾ ਗਿਆ ਸਿੰਘੂ ਬਾਰਡਰ ਟਪਾਉਣ ਦੇ ਲਈ ਇਹ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਹੈ ਉਹ ਦਰਸ਼ਨ ਡਾਕਟਰ ਦਰਸ਼ਨਪਾਲ ਕਹਿੰਦੇ ਨੇ ਕਿ ਜੀ ਉਹ ਰੂਟ ਜਿਹੜਾ ਸਾਨੂੰ ਅਲਾਟਡ ਸੀਗਾ ਪਹਿਲਾਂ ਸਾਨੂੰ ਉਹ ਰੂਟ ਤੋਂ ਨਹੀਂ ਜਾਣ ਦਿੱਤਾ ਮੈਂ ਖੁਦ ਕਹਿੰਦੇ ਜੀ ਉਸ ਰੂਟ ਦੇ ਤੁਸੀਂ ਬੈਂਸ ਕਰਦੇ ਰਹੇ ਸਾਡਾ ਰੀਰੂਟ ਡਿਵਰਟ ਕਰ ਦਿੱਤਾ ਤਾਂ ਉਹ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਇਹ ਇਹਦੇ ਵਿੱਚ ਜਿਹੜਾ ਐਡਮਿਨਿਸਟ੍ਰੇਟਿਵ ਆ ਉਹਦੀ ਵੀ ਬਹੁਤ ਵੱਡੀ ਗਲਤੀ ਹੈ ਸੋ ਚਲੋ ਮੰਨਦੇ ਆ ਜੋ ਹੋਇਆ ਉਹ ਗਲਤ ਹੋਇਆ ਪਰ ਇਹ ਗਲਤ ਕਿਉਂ ਹੋਇਆ ਇਹ ਵੀ ਸੋਚਣ ਦੀ ਗੱਲ ਹੈ ਮੈਂ ਬਹੁਤ ਸਾਰੇ ਜਰਨਲਿਸਟ ਦੇਖ ਰਿਹਾ ਸੀਗਾ ਜਿਹੜੇ ਚੰਗੇ ਜਰਨਲਿਸਟ ਆ ਉਹਨਾਂ ਨੇ ਇਹ ਪਾਇਆ ਕਿ ਕਹਿੰਦੇ ਜਦੋਂ ਤੁਹਾਡੀ ਗੱਲਬਾਤ ਜਿਹੜੀ ਹੈ 11 ਘੰਟੇ ਦੀ ਸੀਨ ਪਤਾ ਗੱਲਬਾਤ ਹੋਈ ਹੈ ਉਹ ਵੀ ਸ਼ਾਇਦ ਇੱਕ ਤਰੀਕਾ ਨਾਲ ਫਾਰਮੈਲਿਟੀ ਸੀ ਕਿਤੇ ਨਾ ਕਿਤੇ ਕੋਈ ਗੱਲਬਾਤ ਉਹਦੇ ਵਿੱਚੋਂ ਸਿੱਟਾ ਨਹੀਂ ਨਿਕਲ ਕੇ ਆਇਆ ਫਿਰ ਉਹ ਕਹਿੰਦਾ ਕਿ ਜਦੋਂ ਗੱਲਬਾਤ بار-ਬਾਰ ਕਰਨ ਦੇ ਬਾਵਜੂਦ ਸਿੱਟੇ ਨਹੀਂ ਨਿਕਲਦੇ ਫਿਰ ਉਹ ਦੋ ਸੜਕਾਂ ਬੋਲਣਾ ਸ਼ੁਰੂ ਕਰ ਦਿੰਦੇ ਨੇ ਉਚਾਇ ਕੋਈ ਵੀ ਹੋਵੇ ਇਹ ਪਰਦਾ ਇਤਿਹਾਸ ਰਿਹਾ ਹੈ ਕਿ ਇਹ ਇਦਾਂ ਹੁੰਦਾ ਹੀ ਰਹਿੰਦਾ ਹੈ ਸੋ ਇੰਨਾ ਕੋ ਜੋਸ਼ ਤੇ ਸਾਈਟੀ ਵੀ ਨਾ ਦੀ ਹੈ ਅੱਜ ਕੱਲ ਜੋ ਵੀ ਰਣੇ ਚਾਹਣਾ ਹੈ ਉਹ ਐਸਐਸਆਈਟੀ ਨੇ ਕਰ ਦੇਣਾ ਹੈ ਤਕਰੀਬਨ ਤਕਰੀਬਨ ਹੁਣ ਸਾਨੂੰ ਜੋ ਸੋਚਣ ਵਾਲੀ ਗੱਲ ਹੈ ਉਹ ਹੈ ਅੱਗੋਂ ਕੀ ਹੋਣਾ ਜੀ ਜਿਵੇਂ ਤੁਸੀਂ ਦੱਸ ਦਿੱਤਾ ਕਿ ਅੱਗੋਂ ਜਿਹੜੀ ਹੈ ਇੱਕ ਬਹੁਤ ਜਿਹੜਾ ਹਾਰਡਲਾਈਨਰ ਹੈ ਜਾਂ ਮੂ ਜਿਹੜਾ ਮੈਪ ਹੈ ਉਹ ਕੱਢ ਲਿਆ ਗਿਆ ਹੈ ਮੈਂ ਇਹ ਬਹੁਤ ਦੇਖ ਕੇ ਖੁਸ਼ ਹਾਂ ਕਿ ਜਿਹੜੀਆਂ ਕਿਸਾਨ ਜੱਟੇ ਬੰਦੀਆਂ ਨੇ ਹੈ ਉਹ ਬਿਲਕੁਲ ਨੌ ਪਰ ਨੌ ਨੇ ਉਹ ਕਹਿੰਦੀਆਂ ਜੀ ਕਿ ਜੇ ਗ੍ਰਫਤਾਰੀ ਬਾਰੇ ਉਹਨਾਂ ਨੂੰ ਕੋਈ ਸਵਾਲ ਮੀਡੀਆ ਵਾਲਾ ਬੰਦਾ ਕਰਦਾ ਤੇ ਉਹ ਕਹਿੰਦੇ ਜੀ ਸਾਨੂੰ ਪਤਾ ਹੀ ਸੀਗਾ ਜਦੋਂ ਅਸੀਂ ਘਰੇ ਨੁੱਕਲੇ ਸੀਗੇ ਤਾਂ ਸਾਨੂੰ ਪਤਾ ਸੀ ਸਾਡੀਆਂ ਗ੍ਰਫਤਾਰੀਆਂ ਵੀ ਹੋਣੀਆਂ ਨੇ ਅਸੀਂ ਆਪਣੇ ਬੱਚਿਆਂ ਦੇ ਲਈ ਆਏ ਆ ਚਾਹੇ ਗ੍ਰਫਤਾਰ ਹੋ ਜਾਈਏ ਚਾਹੇ ਜਾਨਾ ਚਲੀ ਜਾਣ ਸਾਨੂੰ ਕੋਈ ਦੁੱਖ ਨਹੀਂ ਹੈਗਾ ਔਰ ਦੇਖੋ ਜਦੋਂ ਤੁਸੀਂ ਸੱਚੇ ਹੁੰਨੇ ਆ ਸੁੱਚੇ ਹੁੰਨੇ ਆ ਨਾ ਫਿਰ ਤੁਹਾਨੂੰ ਡਰ ਨਹੀਂ ਰਹਿੰਦਾ ਕਿਸੇ ਗੱਲ ਦਾ ਉਹ ਕਹਿੰਦੇ ਨਾ ਤਾਂ ਅਸੀਂ ਹਿੰਸਾ ਭੜਕਾਉਣ ਵਾਲਿਆਂ ਚੋਂ ਆ ਤੇ ਨਾ ਹੀ ਅਸੀਂ ਹਿੰਸਾ ਭੜਕਾਈ ਆ ਪਰ ਸਾਨੂੰ ਕਿਸੇ ਦਲ ਦਾ ਕੋਈ ਮਲਾਲ ਹੀ ਨਹੀਂ ਹੈਗਾ ਬਾਕੀ ਜੋ ਸਾਡੇ ਨਾਲ ਹੋਏਗਾ ਅਸੀਂ ਨ ਕਾਕੀ ਸੋ ਕਰਤ ਸਾਹਿਬ ਇਸ ਤੋਂ ਇਲਾਵਾ ਕੁਝ ਹੋਰ ਪਹਿਲੀਆਂ ਦੇ ਉੱਪਰ ਵੀ ਗੱਲਬਾਤ ਕਰਨੀ ਜ਼ਰੂਰੀ ਏ ਇਸ ਪੂਰੇ ਅੰਦੋਲਨ ਵਿੱਚ ਲੈ ਕੇ ਜਿਹੜਾ ਆਪਾਂ ਹਮੇਸ਼ਾ ਸ਼ੁਰੂ ਤੋਂ ਸਵਾਲ ਚੱਕ ਰਹੇ ਹਾਂ ਕਿ ਵਿਰੋਧੀ ਪਾਰਟੀਆਂ ਕੀ ਕਰ ਰਹੀ ਨੇ ਵਿਰੋਧੀ ਪਾਰਟੀਆਂ ਦਾ ਬਿਆਨ ਹੈ ਕਿ ਅਸੀਂ ਬਜਟ ਸੈਸ਼ਨ ਦੌਰਾਨ ਕਾਂਗਰਸ ਹੋਵੇ ਭਾਵੇਂ ਆਪ ਹੋਵੇ ਜਾਂ ਹੋਰ ਜਿਹੜੀਆਂ ਜਿਹੜੀ ਗਠਜੰਬੰਧਨ ਵਾਲੀ ਪਾਰਟੀਆਂ ਨੇ ਉਹਨਾਂ ਦਾ ਆਖਣਾ ਹੈ ਕਿ ਅਸੀਂ ਟੋਟਲ 16 ਪਾਰਟੀਆਂ ਨੇ ਅਸੀਂ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਦੇ ਆ ਸੋ ਚਲੋ ਇੱਕ ਇੱਕ ਆਪਾਂ ਕਹਿ ਸਕਦੇ ਹਾਂ ਕਿ ਡੈਮੋਕਰੇਸੀ ਦੇ ਵਿੱਚ ਇੱਕ ਆਪਣੇ ਤਰੀਕੇ ਦਾ ਉਹ ਰੋਸ ਪ੍ਰਦਰਸ਼ਨ ਜਿਹੜਾ ਹੈ ਉਹ ਕਰਨ ਜਾ ਰਹੇ ਨੇ ਪਰ ਸ਼ੇਰ ਵੀਕਰ ਸਾਹਿਬ ਪਿਛਲੇ ਲਗਭਗ 5 ਮਹੀਨਿਆਂ ਤੋਂ ਪੂਰਾ ਅੰਦੋਲਨ ਚੱਲ ਰਿਹਾ ਹੈ ਵਿਰੋਧੀ ਪਾਰਟੀ ਕਿਤੇ ਨਾ ਕਿਤੇ ਲੱਗਦਾ ਕਿ ਵਾਕਈ ਕੋਈ ਫਾਈਲਾਂ ਵੱਡੀਆਂ ਦੱਬੀਆਂ ਹੋਈਆਂ ਨੇ ਜੋ ਅੱਨਾ ਖੁੱਲ ਕੇ ਸਾਹਮਣੇ ਨਹੀਂ ਆ ਰਹੀਆਂ ਆ ਜਾ ਕੇ ਕਿਤੇ ਨਾ ਕਿਤੇ ਸੋ ਟਵਿੱਟਰ ਤੇ ਇੱਕ ਟਵੀਟ ਕਰ ਦੇਣਾ ਜਾਂ ਫਿਰ ਆਪਣੇ ਮਹੱਲੇ ਵਿੱਚ ਇੱਕ ਮਾਈਕ ਲਾ ਕੇ ਇੱਕ ਬਿਆਨ ਦੇ ਦੇਣਾ ਆਪਾਂ ਮੈਂ ਨਵਜੋਤ ਸਿੰਘ ਸਿੱਧੂ ਨਾਲ ਦੀ ਗੱਲ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਇਸ ਤੋਂ ਬਾਅਦ ਕੁਝ ਨਹੀਂ ਕੀਤਾ ਹਰ ਇੱਕ ਬੰਦੇ ਨੇ ਸਿਰਫ ਆਪਣੇ ਮੱਲੇ ਵਿੱਚ ਮੈਂ ਕਹਿੰਦਾ ਮਾਈਕ ਲਗਾ ਕੇ ਥੋੜਾ ਮੋਟਾ ਬਿਆਨ ਦੇ ਦਿੱਤਾ ਆਪਣੇ ਨਿਜੀ ਜਿਹੜੇ ਲੱਗ ਸਕ ਜਿਹੜੇ মিডিਆ ਵਾਲੇ ਨੇ ਉਹਨਾਂ ਨੂੰ ਆਪਣਾ ਪ੍ਰੈਸ ਰਿਲੀਜ਼ ਦੇ ਦਿੱਤਾ ਕਿ ਹਾਂ ਵੀ ਆ ਸਾਡਾ ਪ੍ਰੈਸ ਰਿਪੋਰਟ ਏ ਆ ਛਾਪ ਦਿਓ ਇਸ ਤੋਂ ਇਲਾਵਾ ਕੋਈ ਵੀ ਜਿਹੜਾ ਭਾਵੇਂ ਕੋਈ ਐਮਪੀ ਏ ਭਾਵੇਂ ਕੋਈ ਐਮਐਲਏ ਉਹ ਇੱਕ ਵੀ ਚੰਗੀ ਤਰ੍ਹਾਂ ਖੁੱਲ ਕੇ ਇਸ ਪੂਰੇ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਆ ਕੇ ਨਹੀਂ ਖੜਿਆ ਕਿ ਹਾਂ ਵੀ ਤੁਸੀਂ ਸਾਨੂੰ ਵੋਟ ਪਾਈ ਸੀ ਤੁਸੀਂ ਸਾਡਾ ਸਾਥ ਦਿੱਤਾ ਸੀਗਾ ਹੁਣ ਸਾਡੀ ਵਾਰੀ ਏ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਤੁਹਾਡੇ ਨਾਲ ਖੜਾ ਆ ਕੋਈ ਵੀ ਇਹੋ ਜਿਹਾ ਬੰਦਾ ਸਾਹਮਣੇ ਨਹੀਂ ਆਇਆ ਤੁਹਾਡੀ ਗੱਲ ਬੜੀ درست ਹੈ ਕਿ ਕੋਈ ਵੀ ਬੰਦਾ ਨਹੀਂ ਆਇਆ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਜਾਂ ਸੁਖਬੀਰ ਬਾਦਲ ਵਰਗੇ ਲੋਕਾਂ ਨੂੰ ਪੁੱਛਿਆ ਜਾਂਦਾ ਆ ਕਿ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਉਹ ਕਹਿੰਦੇ ਜੀ ਸਾਨੂੰ ਜਾਣ ਨਹੀਂ ਦਿੰਦੇ ਤੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਉਹ ਕਹਿੰਦਾ ਜੀ ਕਿਸਾਨਾਂ ਦਾ ਇਹ ਅੰਦੋਲਨ ਮੈਂ ਖਰਾਬ ਨਹੀਂ ਕਰਨਾ ਚਾਹੁੰਦਾ ਕੱਲੂ ਮੈਨੂੰ ਕਹਿਣਗੇ ਜੀ ਇਹਨਾਂ ਕਾਂਗਰਸ ਨੇ ਵਾਲਿਆਂ ਨੇ ਸਪான்ਸਰ ਕਰ ਦਿੱਤਾ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਮੈਂ ਇਹ ਤਰੀਫ਼ ਵਾਲੀ ਗੱਲ ਨਹੀਂ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜੇ ਕਹੇ ਭਗਵੰਤ ਮਾਨ ਦੀ ਗੱਲ ਕਰ ਲਈ ਉਹ ਸੰਗਰੂਪ ਦੇ ਕਿਸੇ ਇੱਕ ਪ੍ਰੋਗਰਾਮ ਦੇ ਵਿੱਚ ਬੈਠਾ ਤੇ ਉੱਥੇ ਕੋਸ਼ਿਸ਼ ਵੀ ਕੀਤੀ ਲੋਕਾਂ ਨੇ ਕਿ ਚਲੋ ਤੁਸੀਂ ਸਟੇਜ ਤੇ ਬੋਲੋ ਉਹਨੇ ਪਹਿਲਾਂ ਇਹ ਕਹਿਤਾ ਜੀ ਕਹਿੰਦਾ ਨਾ ਸੰਘਰਸ਼ ਤੁਹਾਡਾ ਮੈਂ ਸਿਰਫ ਤੇ ਸਿਰਫ ਕਿਸਾਨ ਦਾ ਪੁੱਤ ਵੜ ਕੇ ਇੱਥੇ ਆਇਆ ਮੈਂ ਥੱਲੇ ਬੈਠ ਕੇ ਤੁਹਾਨੂੰ ਸੁਣਨ ਲਈ ਆਇਆ ਤੇ ਮੈਂ ਨਹੀਂ ਬੋਲੂਗਾ ਇੱਕ ਗੱਲ ਤੇ ਚੰਗੀ ਹੋ ਗਈ ਪਰ ਮੀਡੀਆ ਵਾਲਿਆਂ ਨੇ ਕਿਹਾ ਵੀ ਕਹਿੰਦੇ ਜੀ ਬਾਈਟ ਉਹ ਕਹਿੰਦਾ ਜੀ ਬਾਈਟ ਲੈਣੀ ਆ ਤੇ ਸਾਡੇ ਦਫ਼ਤਰ ਆ ਜਾਓ ਅਸੀਂ ਇੱਥੇ ਕੋਈ ਬਾਈਟ ਨਹੀਂ ਦੇਣੀ ਇੱਥੇ ਤੁਸੀਂ ਕਿਸਾਨਾਂ ਦੀ ਬਾਈਟ ਲਓ ਸਾਰਿਆਂ ਦੀ ਬਾਈਟ ਲਓ ਭਾਈ ਇੱਥੇ ਮੇਰਾ ਕੋਈ ਹੱਕ ਨਹੀਂ ਬਣਦਾ ਜੇ ਇਦਾਂ ਹੀ ਇਹ ਸਾਡੇ ਜਿਹੜੇ ਮੇਨਸਟ੍ਰੀਮ ਵਾਲੇ ਲੀਡਰ ਕਰ ਲੈਂਦੇ ਸੋਫਿਆਂ ਦੀਆਂ ਕੁਰਸੀਆਂ ਤੋਂ ਉੱਠ ਕੇ ਜੇ ਇਹਨਾਂ ਨੂੰ ਥੱਲੇ ਬਹਿਣਾ ਪੈਂਦਾ ਤੇ ਬਹਿ ਜਾਂਦੇ ਤਾਂ ਫਿਰ ਉਹਦੇ ਵਿੱਚ ਕੀ ਜਿਹੜਾ ਹੈ ਇਹਨਾਂ ਦਾ ਚਲਾ ਜਾਂਦਾ ਦੂਸਰੇ ਬੰਨੇ ਤੁਸੀਂ ਕਹੋਗੇ ਜੀ ਬੈਠੇ ਤਾਂ ਸੀ ਕਿੰਨਾ ਕੁ ਚਿਰ ਬੈਠੇ ਇਹ ਹਾਲ ਗੇਟ ਦੇ ਸਾਹਮਣੇ ਦਰਬਾਰ ਸਾਹਿਬ ਨੂੰ ਜਾਈਏ ਤੇ ਇੱਕ ਵੱਡਾ ਸਾਰਾ ਗੁੰਮਦ ਗੇਟ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਉੱਥੇ ਬੈਠੇ ਸੀ ਇਹ ਮਸਾ ਇਹ ਮੇਰੇ ਖਿਆਲ ਤਿੰਨ ਘੰਟੇ ਨਹੀਂ ਬੈਠੇ ਹੋਣੇ ਜਿਹੜੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਤੁਹਾਡੇ ਹੀ ਭਾਈਪੈਣਾ ਤੁਹਾਡੇ ਹੀ ਲੋਕ ਨੇ ਜਿਹੜੇ ਦੋ ਮਹੀਨਾ ਤੋਂ ਵੱਧ ਬੈਠੇ ਹੋਏ ਨੇ ਜੇ ਤੁਹਾਡੇ ਚ ਇੰਨੀ ਦੜਸੀ ਤਾਂ ਤੁਸੀਂ ਤੰਬੂ ਲਾ ਕੇ ਬੈਠਦੇ ਉੱਥੇ ਵੀ ਸਾਨੂੰ ਰੋਸ ਆ ਜੀ ਅਸੀਂ ਤਾਂ ਦੋ ਜਿੰਨੇ ਮਹੀਨੇ ਉਹ ਬੈਠਣਗੇ ਉਹਨੇ ਮਹੀਨੇ ਵਿੱਚ ਬੈਠਾਂਗੇ ਪਤਾ ਸਾਡੀਆਂ ਕਾਰਵਾਈਆਂ ਰੁਕ ਜਾਣੀਆਂ ਸਾਡੇ ਤੋਂ ਕਿੱਥੇ ਬੈਠਿਆ ਜਾਣਾ ਉੱਥੇ ਸੋ ਕਿਤੇ ਨਾ ਕਿਤੇ ਦਿਖਾਵਾ ਆ ਹੁਣ ਜਦੋਂ ਦੇਖੋ ਜਦੋਂ 26 ਜਨਵਰੀ ਵਾਲੀ ਘਟਨਾ ਹੋ ਗਈ ਤੇ ਸਾਰੇ ਜਿਹੜੇ ਲੋਕ ਨੇ ਕੈਸ਼ ਕਰਨ ਪਹੁੰਚ ਗਏ ਰਣਦੀਪ ਸੂਰਜੇ ਵਾਲਾ ਦਾ ਬਿਆਨ ਆਉਂਦਾ ਜੀ ਇਹ ਤਾਂ ਕਿਤੇ ਨਾ ਕਿਤੇ ਸਰਕਾਰਾਂ ਦੇ ਵੱਲੋਂ ਉਕਸਾਈ ਹੋਈ ਗੱਲ ਹੈ ਇਦਾਂ ਬਹੁਤ ਸਾਰੇ ਹੋਰ ਲੋਕਾਂ ਦਾ ਬਿਆਨ ਆਉਂਦਾ ਇਹਨਾਂ ਦੇ ਬਿਆਨ ਉਦੋਂ ਹੀ ਆਉਂਦੇ ਨੇ ਜਦੋਂ ਮੌਕੇ ਤੇ ਚੌਕਾ ਮਾਰਨਾ ਹੁੰਦਾ ਅਸਲ ਹਮਦਰਦੀ ਕਿਸੇ ਦੇ ਨਹੀਂ ਪੋਲਿਟੀਕਲ ਤਾਂ ਇੰਨੇ ਗੰਦੇ ਹੋ ਗਏ ਨੇ ਇੰਨੇ ਡਿੱਗ ਗਏ ਨੇ ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਆ ਹੈਲਥੀ ਡੈਮੋਕ੍ਰੇਸੀ ਦਾ ਕਿਤੇ ਹੈ ਹੀ ਨਹੀਂ ਸੋਕਰ ਸਾਬ ਲਾਸਟ ਵਿੱਚ ਇੱਕ ਛੋਟੀ ਜੀ ਗੱਲ ਦੇ ਨਾਲ ਖਤਮ ਕਰਦੇ ਆ ਪ੍ਰੋਗਰਾਮ ਨੂੰ ਕਿ ਅੱਜ ਦੇ ਦਿੰਦਾ ਇਤਿਹਾਸ ਦੇ ਜ਼ਿਕਰ ਗੱਲ ਕਰੀਏ ਅੱਜ 28 ਜਨਵਰੀ ਹੈ ਅੱਜ ਦੇ ਦਿਨ ਨਹੀਂ ਭਾਰਤ ਦੇ ਵਿੱਚ ਸੁਪਰੀਮ ਕੋਰਟ ਹੋਂਦ ਵਿੱਚ ਆਈ ਸੀ 1950 ਦਾ ਸਾਲ ਸੀ ਤੇ 28 ਜਨਵਰੀ ਦਾ ਦਿਹਾੜਾ ਸੀ ਅੱਜ ਦਾ ਦਿਨ ਸੀਗਾ ਸੋ ਸੁਪਰੀਮ ਕੋਰਟ ਜਿਸ ਨੂੰ ਅਸੀਂ ਇੱਕ ਲੋਕਤੰਤਰੀ ਦੇਸ਼ ਦੇ ਵਿੱਚ ਬੜੇ ਸਨਮਾਨ ਨਾਲ ਦੇਖਦੇ ਆਂ ਐਂਡ ਬੜੀ ਰਿਸਪੈਕਟ ਸੀ ਹਜੇ ਵੀ ਹੈ ਕੁਝ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਵੀ ਆ ਪਰ ਉਹ ਕਿਤਨਾ ਕਿਤੇ ਆਪਣਾ ਵਜੂਦ ਜਿਹੜਾ ਹੈ ਜਿਹੜਾ ਸਨਮਾਨ ਉਹ ਥੋੜਾ ਜਿਹਾ ਘਟ ਗਿਆ ਕਿਉਂਕਿ ਪਿੱਛੇ ਜੀ ਜਿਨਨੇ ਵੀ ਵਰਡਿਕਟਸ ਆਏ ਨੇ ਜਿਨਨੇ ਵੀ ਫੈਸਲੇ ਆਏ ਨੇ ਉਹ ਕਿਤਨਾ ਕਿਤੇ ਸਾਨੂੰ ਜ਼ਰੂਰ ਲੱਗਾ ਕਿ ਹਾਂ ਵੀ ਇੱਕ ਇੱਕ ਸਪੈਸ਼ਲ ਤਬਕਾ ਹੈ ਜਿਸ ਨੂੰ ਫੇਵਰ ਕੀਤਾ ਜਾ ਰਿਹਾ ਹੁਣ ਇਸ ਪੂਰੇ ਕਿਸਾਨੀ ਅੰਦੋਲਨ ਦੀ ਜ਼ਿਕਰ ਗੱਲ ਕਰੀਏ ਤਾਂ ਸ਼ੁਰੂ ਤੋਂ ਹੀ ਕਿਸਾਨਾਂ ਦੀ ਇੱਕੋ ਮੰਗ ਰਹੀ ਹੈ ਕਿ ਸਿਰਫ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੇ ਉਹਨਾਂ ਨੂੰ ਰੱਦ ਕਰਨਾ ਚਾਹੁੰਦੇ ਆ ਠੀਕ ਹੈ ਹੁਣ ਤੁਹਾਡੇ ਸਾਹਮਣੇ ਦੇਸ਼ ਦੇ ਵਿੱਚ ਕਿੰਨੇ ਸਾਰੇ ਲੋਕ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਨੇ ਆਪਣੀ ਮੰਗਾਂ ਲਈ ਸਰਦੀਆਂ ਦੇ ਵਿੱਚ ਬੈਠਣ ਨੂੰ ਮਜਬੂਰ ਹੋ ਜਾਂਦੇ ਨੇ ਬਜ਼ੁਰਗ ਨੇ ਮਾਪੇ ਨੇ ਧੀਆ ਪਹਿਣਾ ਸਭ ਉੱਥੇ ਬੈਠੇ ਨੇ ਤੁਸੀਂ ਤਾਂ ਵੀ ਸੁਪਰੀਮ ਕੋਰਟ ਨੂੰ ਤੁਸੀਂ ਸਰਮਾਇਦਾਰੋਂ ਤੁਸੀਂ ਜਵਾਬ ਦੇਈਓ ਤੁਸੀਂ ਕੀ ਕਰ ਰਹੇ ਹੋ ਤੁਸੀਂ ਕੁਝ ਵੀ ਨਹੀਂ ਕਰ ਰਹੇ ਸੋ ਐਡੇ ਵੱਡੇ ਦੇਸ਼ ਦੇ ਵਿੱਚ ਐਡੀ ਵੱਡੀ ਸੰਸਟਾ ਸੁਪਰੀਮ ਕੋਰਟ ਉਸ ਨੂੰ ਹਰ ਇੱਕ ਨਾਗਰਿਕ ਬੜੇ ਸਨਮਾਨ ਦੇ ਨਾਲ ਦੇਖਦਾ ਇੱਕ ਬੜੀ ਉਮੀਦ ਦੇ ਨਾਲ ਦੇਖਦਾ ਕਿ ਕਿਤੇ ਜੇਕਰ ਕਿਸੇ ਵੀ ਦਰਵਾਜ਼ੇ ਤੇ ਮੈਨੂੰ ਫੈਸਲਾ ਨਹੀਂ ਮਿਲਦਾ ਤੇ ਮੈਂ ਅਖੀਰ ਸੁਪਰੀਮ ਕੋਰਟ ਜਾਵਾਂਗਾ ਤੇ ਮੇਰਾ ਫੈਸਲਾ ਹੋ ਜਾਊਗਾ ਤੇ ਮੈਨੂੰ ਸੱਚਾਈ ਦੀ ਜਿਹੜੀ ਹੈ ਉਹ ਜਿੱਤ ਹੋਏਗੀ ਪਰ ਇੱਥੇ ਕਿਤਨਾ ਕਿਤੇ ਸੁਪਰੀਮ ਕੋਰਟ ਨੂੰ ਜ਼ਰੂਰ ਜਾਇਦਾ ਕਿ ਅਗਰ ਆਪਣੀ ਖੌਂਦ ਨੂੰ ਬਚਾਉਣਾ ਚਾਹੰਦੀ ਏ ਤਾਂ ਇਸ ਅੰਦੋਲਨ ਨੂੰ ਬੁਤਾ ਹੋਰ ਅੱਗੇ ਵਧਣ ਨਾ ਦੇਵੇ ਇੱਥੇ ਹੀ ਕੇਂਦਰ ਸਰਕਾਰ ਨੂੰ ਚੰਗੀ ਤਰ੍ਹਾਂ ਫਟਕਾ ਲਗਾਵੇ ਕਿ ਕਿਉਂ ਤੁਸੀਂ ਇੰਨਾ ਜ਼ਿਆਦਾ ਆਪਣੀ ਈਗੋ ਤੇ ਲੈ ਕੇ ਤੁਰੇ ਹੋਏ ਹੋ ਤੇ ਸਾਰੇ ਇਸ ਕਾਨੂੰਨਾ ਨੂੰ ਲਾਗੂ ਕਰਨ ਦੇ ਉੱਪਰ ਇੰਨਾ ਮੈਂ ਕਹਿੰਦਾ ਕਿਉਂ ਤੁਰੇ ਹੋਏ ਹੋ ਇਹ ਸਵਾਲ ਸੁਪਰੀਮ ਕੋਰਟ ਨੂੰ ਜ਼ਰੂਰ ਪੁੱਛਣਾ ਚਾਹੀਦਾ ਭਾਕੇ ਜਦੋਂ ਅਸੀਂ ਸਰਵੋੱਚ ਅਦਾਲਤ ਦੀ ਗੱਲ ਕਰਦੇ ਆਂ ਤੇ ਅਸੀਂ ਮਾਣਯੋਗ ਸੁਪਰੀਮ ਕੋਰਟ ਲਿਖਦੇ ਆਂ ਤੋ ਮਾਨਯੋਗ ਨੂੰ ਮਾਨਯੋਗ ਬਣੇ ਰਹਿਣ ਦੇ ਲਈ ਇਹ ਸਭ ਜਿਹੜੀਆਂ ਚੀਜ਼ਾਂ ਨੇ ਉਹਦੇ ਉੱਤੇ ਧਿਆਨ ਵੀ ਦੇਣਾ ਚਾਹੀਦਾ ਹੈ। ਕਿਸਾਨੀ ਅੰਦੋਲਨ ਦੇ ਵਿੱਚ ਕੁਝ ਗੱਲਾਂ ਹੋਈਆਂ ਜਿਹੜੀ ਮਾਨਯੋਗ ਅਦਾਲਤ ਨੇ ਕਹੀਆਂ। ਬਹੁਤ ਸਹੀ ਵੀ ਕਹੀਆਂ ਕਿ ਮੈਂ ਕੋਈ ਨਹੀਂ ਹੁੰਦੀ ਕਿ ਜਿਹੜਾ ਲਾਅ ਐਂਡ ਆਰਡਰ ਬਾਰੇ ਡਿਸਾਈਡ ਕਰਾਂ। ਇੱਕ ਗੱਲ ਤੇ ਬਹੁਤ ਚੰਗੀ ਸੀ। ਦੂਸਰੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇਸ ਗੱਲਬਾਤ ਦੇ ਵਿੱਚੋਂ ਕੁਝ ਨਹੀਂ ਜਿਹੜਾ ਹੈ ਕੱਢ ਕੇ ਲਿਆ ਰਹੇ। ਇਹ ਵੀ ਗੱਲ ਬਹੁਤ ਸਹੀ ਸੀ। ਤੀਸਰੀ ਗੱਲ ਜਿਹੜੀ ਹੈ ਉਹਨਾਂ ਨੇ ਇਹ ਕਹੀ ਕਿ ਅੰਦੋਲਨ ਕਰਨਾ ਸਭ ਦਾ ਹੱਕ ਹੈ। ਤੇ ਜਦੋਂ ਤੱਕ ਉਹ ਸ਼ਾਂਤਮਈ ਹੈ ਤੇ ਉਹਦੇ ਉੱਤੇ ਕੋਈ ਵੀ ਸਵਾਲ ਨਹੀਂ ਸੋ ਸੁਪਰੀਮ ਕੋਰਟ ਜਿਹੜਾ ਹੈ ਉਹ ਕਿਤੇ ਨਾ ਕਿਤੇ ਤਾਂ ਥੋੜੀਆਂ ਜਿਹੀਆਂ ਗੱਲਾਂ ਸਹੀ ਕਰ ਰਿਹਾ ਪਰ ਸ਼ਾਇਦ ਕਿਸਾਨਾਂ ਦੇ ਵੱਲੋਂ ਆਪਣਾ ਭਰੋਸਾ ਕਿਤੇ ਨਾ ਕਿਤੇ ਉਹ ਖੋਹਦਾ ਵੀ ਨਜ਼ਰ ਆਉਂ ਰਿਹਾ ਹੈ ਇਸ ਪੂਰੇ ਸੰਘਰਸ਼ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੀ ਹੋਏਗਾ ਅਕਸਰ ਗੱਲਬਾਤ ਕਰਦੇ ਰਵਾਂਗੇ ਦੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ